ਦਿੱਲੀ ਦੇ ਬਸੰਤ ਇਨਕਲੇਵ ਵਿੱਚ ਇੱਕ ਬਜ਼ੁਰਗ ਜੋੜੇ ਤੇ ਉਹਨਾਂ ਦੇ ਘਰੇਲੂ ਨੌਕਰ ਦੀਆਂ ਕਤਲ ਕੀਤੀਆਂ ਹੋਈਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਤੀਨ ਡੈਡ ਬਾਡੀਜ਼ ਮਿਲੀ ਹੈ, ਜਿਸ ਮੇਂ ਦੋ ਬਜ਼ੁਰਗ ਦੰਪਤੀ ਹੈ ਔਰ ਇੱਕ ਉਨਕੇ ਸਾਥ ਜੋ ਹੈਲਪ ਰਹਾ ਕਰਤੀ ਥੀ ਘਰ ਮੇਂ। ਇਨ ਤੀਨੋਂ ਕੀ ਪ੍ਰਾਇਮਾ ਫੈਸੇ ਐਸਾ ਲੱਗ ਰਿਹਾ ਕਿ ਹੱਤਿਆ ਕੀ ਗਈ ਹੈ। ਅਭੀ ਤੱਕ ਸੀਨ ਕੋ ਐਗਜ਼ਾਮਿਨ ਕਰਨੇ ਸੇ ਜੋ ਬਾਤੇਂ ਬਿਲਕੁਲ ਕਲੀਅਰਲੀ ਸਾਹਮਣੇ ਆ ਰਹੀ ਹੈ, ਇੱਕ ਜੋ ਸਟਾਰਕ ਚੀਜ਼ ਹੈ ਜੋ ਸਭਸੇ ਇੰਪੋਰਟੈਂਟ ਹੈ ਵੋ ਯੇ ਹੈ ਕਿ ਘਰ ਕੀ ਐਂਟਰੀ ਬਿਲਕੁਲ ਫ੍ਰੈਂਡਲੀ ਹੈ। ਦੂਸਰੀ ਚੀਜ਼, ਘਰ ਮੇਂ ਕਿਸੀ ਤਰੀਕੇ ਕੀ ਕੋਈ ਰੈਨਸੈਕਿੰਗ ਨਹੀਂ ਹੋਈ ਹੈ, ਤੋ ਪ੍ਰਾਇਮਾ ਫੈਸੇ ਐਸਾ ਲੱਗ ਰਿਹਾ ਹੈ ਕਿ ਲੂਟਪਾਟ ਜਾਂ ਰੋਬਰੀ ਇਸ ਹੱਤਿਆ ਕਾ ਮੋਟਿਵ ਪ੍ਰਾਇਮਾ ਫੈਸੇ ਹੀ ਨਹੀਂ ਲੱਗ ਰਿਹਾ ਹੈ। ਡੈਡ ਬਾਡੀਜ਼ ਜੋ ਹੈ ਵੋ ਸ਼ਿਫਟ ਕਰ ਦੀ ਗਈ ਹੈ ਮੋਰਚਰੀ ਮੇਂ। ਬਾਕੀ ਅਭੀ ਤੱਕ ਇਸੀ ਸਥਿਤੀ ਮੇਂ ਮੈਂ ਇਹ ਬਤਾਨੇ ਕੀ ਸਥਿਤੀ ਮੇਂ ਹੂੰ ਕਿ ਲੀਗਲ ਪ੍ਰੋਸੀਡਿੰਗ ਸ਼ੁਰੂ ਕਰ ਦੀ ਗਈ ਹੈ ਐਂਡ ਜੈਸੇ ਜੈਸੇ ਆਗੇ ਇਨਵੈਸਟੀਗੇਸ਼ਨ ਬੜੇਗੀ ਆਪ ਲੋਕੋ ਕੋ ਬ੍ਰੀਫ।